ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹ ਮੇਰੀ ਦੂਸਰੀ ਵੀਡੀਓ ਹੈ। ਮੈਂ ਆਪਣੇ ਡਰਾਈਵਰ ਸਮਾਜ ਨੂੰ ਇਹੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਏਕਤਾ ਕਰੀਏ ਸਾਰੇ, ਆਪਣੇ ਆਪਣੀ ਸਟੇਟ ਦੇ ਵਿੱਚ, ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ, ਆਪਣੇ ਆਪਣੇ ਸਤਰ ਦੇ ਉੱਤੇ ਸਾਰੇ ਏਕਤਾ ਕਰੋ ਔਰ ਇਸ ਕਾਨੂੰਨ ਦਾ ਵਿਰੋਧ ਕਰੋ ਜੋ ਸਾਡੇ ਉੱਤੇ ਥੋਪਿਆ ਜਾ ਰਿਹਾ ਕਿ ਡਰਾਈਵਰ ਐਕਸੀਡੈਂਟ ਹੋਣ ਤੋਂ ਬਾਅਦ ਜੇਕਰ ਡਰਾਈਵਰ ਆਪਣੀ ਜਾਨ ਬਚਾਉਂਦਾ ਪਬਲਿਕ ਦੁਆਰਾ ਮਾਰਿਆ ਕੁੱਟਿਆ ਜਾਂਦਾ। ਤੁਹਾਨੂੰ ਪਤਾ, ਸਾਰਿਆਂ ਨੂੰ, ਸਾਰੇ ਡਰਾਈਵਰ ਸਮਾਜ ਨੂੰ ਪਤਾ, ਇਹ ਸ਼ਾਸਨ ਪ੍ਰਸ਼ਾਸਨ ਨੂੰ ਵੀ ਪਤਾ, ਪੁਲਿਸ ਦੇ ਸਾਹਮਣੇ, ਪੁਲਿਸ ਦੀ ਹਜ਼ੂਰੀ ਦੇ ਵਿੱਚ ਵੀ ਬਹੁਤ ਸਾਰੇ ਡਰਾਈਵਰਾਂ ਦਾ ਕਤਲ ਕਰ ਦਿੱਤਾ ਗਿਆ ਜਨਤਾ ਦੁਆਰਾ। ਜਦੋਂ ਕਿਤੇ ਐਕਸੀਡੈਂਟ ਹੁੰਦਾ, ਉਹ ਕੋਈ ਵੀ ਮੋਟਰ ਵਾਹਨ ਚਲਾਉਣ ਲੱਗਾ ਕੋਈ ਵੀ ਵਿਅਕਤੀ, ਕੋਈ ਵੀ ਡਰਾਈਵਰ ਇਹ ਨਹੀਂ ਚਾਹੁੰਦਾ ਕਿ ਮੇਰੀ ਗੱਡੀ ਦੇ ਨਾਲ ਕੋਈ ਪੰਛੀ, ਜਾਨਵਰ, ਪਰਿੰਦਾ ਵੀ ਮਰੇ, ਕੋਈ ਕੀੜੀ ਤੱਕ ਵੀ ਮਰੇ। ਐਕਸੀਡੈਂਟ ਇੱਕ ਅਚਾਨਕ ਹੁੰਦਾ, ਠੀਕ ਹੈ, ਉਹਦੇ ਲਈ ਇੱਕ ਬਣਾ ਦਿੱਤਾ ਗਿਆ ਤੁਹਾਡੇ ਉੱਤੇ ਕਿ ਤੁਹਾਨੂੰ 10 ਸਾਲ ਦੀ ਸਜ਼ਾ ਹੋਏਗੀ। ਲੇਕਿਨ ਉਸ ਡਰਾਈਵਰ ਨੂੰ ਗਲਤੀ ਹੋਵੇ ਚਾਹੇ ਨਾ ਹੋਵੇ, ਪਰ ਭੱਜਣ ਦੇ ਉੱਤੇ ਐਕਸੀਡੈਂਟ ਦੇ ਦੌਰਾਨ ਉਹਨੂੰ 10 ਸਾਲ ਦੀ ਸਜ਼ਾ ਵਾ, ਇਹ ਨਹੀਂ ਸੋਚਿਆ ਕਿ ਉਹਦੇ ਪਰਿਵਾਰ ਦਾ ਕੀ ਬਣੂਗਾ, ਉਹਦੇ ਬੱਚਿਆਂ ਦਾ, ਉਹਦੇ ਮਾਤਾ ਪਿਤਾ ਦਾ ਕੀ ਹਾਲਾਤ ਹੋਣਗੇ ਮਗਰੋਂ, ਉਹਦੀ ਆਜੀਵਨ ਯਾਚੀਕਾ ਕਿਸ ਤਰ੍ਹਾਂ ਚੱਲੂਗੀ, ਉਹਦੇ ਬੱਚਿਆਂ ਨੂੰ ਰੋਟੀ ਪਾਣੀ ਦਾ, ਉਹਦਾ ਪ੍ਰਬੰਧ ਪੂਰੇ ਪਰਿਵਾਰ ਦਾ ਕਿਸ ਤਰ੍ਹਾਂ, ਉਹ ਬੱਚੇ ਅਨਾਥ ਹੋ ਜਾਣਗੇ, ਉਹ ਪਰਿਵਾਰ ਫੁੱਟਪਾਥ 'ਤੇ ਆਜੂਗਾ, ਉਹ ਬੱਚੇ ਪਰਿਵਾਰ ਜਿਹੜਾ ਵਾ ਉਹ ਲੋਕਾਂ ਦੇ ਮੁਹਤਾਜ ਮੂੰਹ ਵੱਲ ਵੇਖੂਗਾ, ਭੀਖ ਮੰਗਣ ਦੇ ਲਾਇਕ ਹੋ ਜੂਗਾ ਉਹ ਪਰਿਵਾਰ। ਸੋ ਆਪਣੇ ਸਾਰੇ ਹੀ ਡਰਾਈਵਰ ਸਮਾਜ ਨੂੰ ਏਕਤਾ ਕਰਨੀ ਚਾਹੀਦੀ ਹੈ। ਤੁਸੀਂ ਵੇਖਿਆ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ, ਬਹੁਤ ਸਾਰੀਆਂ ਸ਼ਹਿਰਾਂ ਦੇ ਵਿੱਚ ਕਿਤੇ ਕਿੰਨਰ ਸਮਾਜ ਦੇ ਕਿਤੇ ਕੋਈ ਚੰਡ ਧੱਫਾ ਕੋਈ ਲਾ ਦੇਵੇ ਪੁਲਿਸ ਮੁਲਾਜ਼ਮ, ਤਾਂ ਤੁਸੀਂ ਵੇਖਿਆ ਹੋਣਾ ਕਿਸ ਤਰ੍ਹਾਂ ਕਿੰਨਰ ਸਮਾਜ ਇਕੱਠਾ ਹੋ ਜਾਂਦਾ ਆਪਣੇ ਇਨਸਾਫ ਦੇ ਲਈ। ਅਤੇ ਸਾਡੇ ਡਰਾਈਵਰ ਸਮਾਜ ਨੂੰ ਕਈ ਸਾਲਾਂ ਤੋਂ ਹਜ਼ਾਰਾਂ ਦੇ ਹਿਸਾਬ ਨਾਲ ਗਿਣਤੀ ਦੇ ਵਿੱਚ ਮਾਰਿਆ ਕੁੱਟਿਆ ਜਾਂਦਾ, ਕਤਲ ਕੀਤੇ ਜਾਂਦੇ ਆ, ਜਿਉਂਦੇ ਅੱਗ ਲਾ ਕੇ ਸਾੜ ਦਿੱਤੇ ਗਏ, ਲੱਤਾਂ ਬਾਹਾਂ ਤੋੜੀਆਂ ਗਈਆਂ, ਪਰ ਸਾਡੇ ਇਸ ਡਰਾਈਵਰ ਸਮਾਜ ਦੇ ਉੱਤੇ ਕੰਨ 'ਤੇ ਜੂੰ ਨਹੀਂ ਸਰਕੀ। ਯਾਰ, ਸਾਡੇ ਨਾਲੋਂ ਤਾਂ ਫਿਰ ਹੀਜੜੇ ਚੰਗੇ ਨੇ, ਸਾਡੇ ਨਾਲੋਂ ਤਾਂ ਕਿੰਨਰ ਸਮਾਜ ਚੰਗਾ, ਜਿਹੜਾ ਉਹ ਆਪਣੇ ਹੱਕ ਦੇ ਲਈ, ਆਪਣੇ ਸਾਥੀ ਦੇ ਹੱਕ ਦੇ ਲਈ ਇੱਕ ਦਮ ਮਿੰਟੋ ਮਿੰਟ ਹੀ ਉਹ ਪੂਰਾ ਸ਼ਹਿਰ ਜਾਮ ਕਰ ਦਿੰਦੇ ਨੇ, ਪੂਰਾ ਹੀ ਉਹ ਸਟੇਟ ਦੇ ਵਿੱਚ ਬਵਾਲ ਜਿਹੜਾ ਉਹ ਖੜ੍ਹਾ ਕਰ ਦਿੰਦੇ ਨੇ ਕਿ ਸਾਡੇ ਸਮਾਜ ਨੂੰ ਕਿਸ ਤਰ੍ਹਾਂ ਤੁਸੀਂ ਹੱਥ ਲਾਇਆ, ਇਹ ਤੁਸੀਂ ਵੇਖਿਆ ਹੋਣਾ। ਸੋ ਆਪਣੇ ਆਪ ਨੂੰ ਜਗਾਓ, ਆਪਣੀਆਂ ਜ਼ਮੀਰਾਂ ਨੂੰ ਜਗਾਓ ਬਾਈ, ਨਹੀਂ ਤਾਂ ਡਰਾਈਵਰੀ ਛੱਡ ਕੇ ਤੁਹਾਨੂੰ ਦਿਹਾੜੀ ਵੀ ਨਹੀਂ ਮਿਲਣੀ, ਔਰ ਤੁਸੀਂ ਦਿਹਾੜੀ ਲਾ ਵੀ ਨਹੀਂ ਸਕਦੇ, ਕਿਉਂਕਿ ਡਰਾਈਵਰ ਕਦੇ ਵੀ ਡਰਾਈਵਰੀ ਤੋਂ ਬਿਨਾਂ ਹੋਰ ਕੋਈ ਕੰਮ, ਕੋਈ ਸੋਚ ਉਹ ਵਿਰਲੇ ਹੀ ਹੋਣਗੇ ਜਿਹੜੇ ਕਰ ਲੈਂਦੇ ਹੋਣਗੇ, ਨਹੀਂ ਤਾਂ ਕੋਈ ਵੀ ਡਰਾਈਵਰ ਇਸ ਚੀਜ਼ ਦੀ ਹੋਰ ਕੋਈ ਕੰਮ ਨਹੀਂ ਕਰ ਸਕਦਾ। ਸੋ ਇਹ ਬੇਨਤੀ ਆ ਆਪਣੇ ਪਰਿਵਾਰਾਂ ਦੇ ਲਈ, ਆਪਣੇ ਹੱਕਾਂ ਦੇ ਲਈ, ਆਪਣੇ ਸੁਰੱਖਿਆ ਰੁਜ਼ਗਾਰ ਦੇ ਲਈ ਜਾਗੋ ਔਰ ਆਪਣੇ ਆਪ ਨੂੰ ਜਗਾਓ ਔਰ ਇਸ ਕਾਨੂੰਨ ਦੇ ਵਿਰੋਧ ਵਿੱਚ ਖੜ੍ਹੇ ਹੋਵੋ ਸਾਰੇ ਹੀ, ਉਹ ਸਾਰੇ ਹੀ ਇਹਦਾ ਵਿਰੋਧ ਕਰੋ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ, ਚਾਹੇ ਆਪ ਤੁਸੀਂ ਪੋਸਟਾਂ ਪਾਓ, ਚਾਹੇ ਏਕਤਾ ਕਰੋ, ਚਾਹੇ ਤੁਸੀਂ ਹੜਤਾਲਾਂ ਕਰੋ, ਚਾਹੇ ਮੀਟਿੰਗਾਂ ਕਰੋ, ਕੁਛ ਵੀ ਕਰੋ, ਪਰ ਸਾਰੇ ਮੇਰੇ ਭਰਾ ਜ਼ਰੂਰ ਏਕਤਾ ਕਰੋ, ਇਹ ਤੁਹਾਡੇ ਹੱਕ ਦੀ ਸੱਚ ਦੀ ਗੱਲ ਆ, ਨਹੀਂ ਤਾਂ ਤੁਹਾਨੂੰ ਬਾਈ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਭਰੀਆਂ ਮਿਲਣਗੀਆਂ ਰੋਜ਼ ਦੇ। ਦੇਖੋ ਤੁਸੀਂ ਆਪਣੇ ਇੰਡੀਆ ਦੇ ਵਿੱਚ ਕਿੰਨਾ ਐਕਸੀਡੈਂਟ ਹੁੰਦਾ, ਕਿੰਨੀ ਦੁਨੀਆ ਮਰਦੀ ਆ, ਕਿੰਨੇ ਲੋਕ ਗਲਤ ਚੱਲਦੇ ਨੇ, ਖਾਸ ਕਰਕੇ ਛੋਟੀਆਂ ਗੱਡੀਆਂ ਵਾਲੇ ਬਹੁਤ ਜ਼ਿਆਦਾ ਗਲਤ ਚੱਲਦੇ ਨੇ ਕਿਉਂਕਿ ਇਹਨਾਂ ਨੂੰ ਨੌਲੇਜ ਨਹੀਂ ਹੁੰਦੀ, ਠੀਕ ਹੈ। ਸੋ ਇਸ ਕਰਕੇ ਡਰਾਈਵਰ ਨੂੰ ਤਾਂ ਫਿਰ ਵੀ ਪਬਲਿਕ ਦੀ ਮਾਰ ਤੋਂ ਅਗਲਾ ਭੱਜੂਗਾ ਹੀ ਭੱਜੂਗਾ, ਅਗਲਾ ਇਹ ਨਹੀਂ ਵੇਖੂਗਾ ਕਿ ਮੈਨੂੰ ਸਜ਼ਾ ਹੋਣੀ ਹੈ ਜਾਂ ਕੀ ਹੋਣਾ ਵਾ, ਉਹ ਭੱਜਣ ਲਈ ਤਿਆਰ ਰਹੇਗਾ। ਜੇਕਰ ਉਹ ਭੱਜਦਾ ਤਾਂ ਵੀ ਉਹ ਮਰਦਾ, ਤਾਂ ਵੀ ਮਰ ਗਿਆ, ਅਤੇ ਜੇ ਉਹ ਨਹੀਂ ਭੱਜਦਾ ਤਾਂ ਵੀ ਮਰ ਗਿਆ, ਕਿਉਂਕਿ ਫਿਰ ਉਹਨੂੰ ਪਬਲਿਕ ਜਨਤਾ ਮਾਰ ਦੂਗੀ, ਪਬਲਿਕ ਮਾਰ ਦੂਗੀ,
ਹੈ ਨਾ, ਇਹ ਤੁਸੀਂ ਡਿਸਾਈਡ ਕਰਨਾ ਕਿ ਹਾਂ ਅਸੀਂ ਏਕਤਾ ਕਰਨੀ ਹੈ ਜਾਂ ਨਹੀਂ ਕਰਨੀ। ਸੋ ਬਹੁਤ ਸਾਰੇ ਲੋਕ ਆਪਾਂ ਹੋਕਾ ਦਿੰਦੇ ਹਾਂ, ਅਸੀਂ ਕਿੰਨਾ ਕੁਛ ਕਰਦੇ ਹਾਂ, ਆਪਣੇ ਗੁਰੂਆਂ ਮਹਾਂਪੁਰਸ਼ਾਂ ਦਾ ਇਤਿਹਾਸ ਪੜ੍ਹਦੇ ਹਾਂ, ਕਦੇ ਕੁਝ ਗੱਲਾਂ ਆਪਣੇ ਜੀਵਨ ਦੇ ਨਾਲ ਵੀ ਜੋੜ ਲਓ। ਸੋ ਇਹ ਕਹਿਣ ਦਾ ਮਤਲਬ ਇਹੀ ਆ ਕਿ ਬਈ ਆਪਣੇ ਲਈ ਕੁਝ ਕਰ ਲਓ, ਜੇ ਤੁਸੀਂ ਆਪਣੇ ਲਈ ਕੁਝ ਨਹੀਂ ਕਰ ਸਕਦੇ, ਤੁਸੀਂ ਕਿਸੇ ਲਈ ਵੀ ਨਹੀਂ ਕਰ ਸਕਦੇ। ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ, ਤੁਸੀਂ ਉਹਨਾਂ ਦੇ ਲਈ ਵੀ ਕੁਛ ਨਹੀਂ ਕਰ ਸਕਦੇ। ਅਤੇ ਸੱਚੀ ਸ਼ਰਧਾਂਜਲੀ ਇਹੋ ਹੀ ਆ, ਜੇਕਰ ਤੁਸੀਂ ਵੀ ਏਕਤਾ ਕਰਕੇ ਆਪਣੇ ਜ਼ੁਲਮ ਦੇ ਆਪਣੇ ਉੱਤੇ ਹੋ ਰਿਹਾ ਜ਼ੁਲਮ ਜਿਹੜਾ, ਇਹਦੇ ਖਿਲਾਫ ਆਵਾਜ਼ ਚੁੱਕੋਗੇ, ਤਾਂ ਆਪਣੇ ਉੱਤੇ ਹੋ ਰਿਹਾ ਜਿਹੜਾ ਤਸ਼ੱਦਦ ਆ, ਇਹਦੇ ਖਿਲਾਫ ਜੇਕਰ ਤੁਸੀਂ ਆਵਾਜ਼ ਚੁੱਕ ਦਿਓ, ਤਾਂ ਇਹੋ ਹੀ ਇੱਕ ਸੱਚੀ ਸ਼ਰਧਾਂਜਲੀ ਆ। ਨਹੀਂ ਤਾਂ ਤੁਸੀਂ ਕੁਛ ਨਹੀਂ, ਇਹ ਸਭ ਪਖੰਡ ਨੇ, ਸਭ ਦਿਖਾਵਾ। ਸੋ ਏਕਤਾ ਕਰੋ, ਆਪਣੇ ਲਈ ਕਰਨੀ ਹੈ, ਨਾ ਕਿ ਮੇਰੇ ਲਈ ਕਰਨੀ ਹੈ। ਆਪਣੇ ਆਪਣੇ ਸਤਰ 'ਤੇ ਜਿੰਨੇ ਵੀ ਪੰਜਾਬ ਦੇ ਵਿੱਚ ਗਰੁੱਪ ਚੱਲ ਰਹੇ ਨੇ, ਉਹਨਾਂ ਸਾਰਿਆਂ ਗਰੁੱਪ ਦੇ ਐਡਮਿਨਾਂ ਨੂੰ, ਆਗੂਕਾਰਾਂ ਨੂੰ ਬੇਨਤੀ ਆ ਕਿ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇ ਮਾਧਿਅਮ ਰਾਹੀਂ ਵਿਰੋਧ ਕਰੋ ਉਸ ਕਾਨੂੰਨ ਦਾ, ਸੋਸ਼ਲ ਮੀਡੀਆ ਦੇ ਰਾਹੀਂ ਵਿਰੋਧ ਕਰੋ, ਇਕੱਠੇ ਹੋ ਕੇ ਵਿਰੋਧ ਕਰੋ, ਮੀਟਿੰਗਾਂ ਕਰੋ, ਮੀਟਿੰਗਾਂ ਦੇ ਵਿੱਚ ਵਿਰੋਧ ਕਰੋ। ਇਹ ਸਾਰਾ ਸਿਸਟਮ ਤੁਹਾਨੂੰ ਹੀ ਕਰਨਾ ਪਊਗਾ, ਕਿਉਂਕਿ ਤੁਹਾਡੇ ਮਗਰ ਡਰਾਈਵਰ ਸਮਾਜ ਲੱਗਿਆ ਹੋਇਆ। ਹਰ ਇੱਕ ਗਰੁੱਪ ਦੇ ਵਿੱਚ ਕਿਸੇ 'ਚ 500 ਬੰਦਾ, ਕਿਸੇ 'ਚ 200 ਬੰਦਾ, ਕਿਸੇ 'ਚ 400 ਬੰਦਾ, ਕਿਸੇ 'ਚ 100 ਆ, ਕਿਸੇ 'ਚ 200 ਆ। ਲੇਕਿਨ ਫਰਜ਼ ਸਾਡਾ ਕੀ ਬਣਦਾ? ਸਾਡਾ ਫਰਜ਼ ਇੱਥੋਂ ਤੱਕ ਹੀ ਨਹੀਂ ਆ ਕਿ ਗਰਾਈਆਂ ਕਰ ਲਈਆਂ ਅਤੇ ਇਕੱਠੀਆਂ ਕਰਕੇ ਕਿਸੇ ਨੂੰ ਦੇ ਦਿੱਤੀਆਂ। ਗਰਾਈਆਂ ਕਰੀਆਂ ਆਪਣੇ ਹੱਕਾਂ ਲਈ, ਜਦੋਂ ਤੁਸੀਂ ਨਹੀਂ ਰਹੇ ਤਾਂ ਕਿਹਨੂੰ ਗਰਾਈ ਦਿਓਗੇ, ਅਤੇ ਕਾਹਦੇ ਲਈ ਗਰਾਈ ਦਿਓਗੇ? ਬਾਈ ਗਰਾਈਆਂ ਕਰਕੇ 10-20-50 ਹਜ਼ਾਰ ਇਕੱਠਾ ਕਰਕੇ ਕੋਈ ਅਸੀਂ ਕਿੰਨਾ ਕੁ ਤਗੜਾ ਤੀਰ ਮਾਰ ਲੈਂਦੇ ਹਾਂ, ਅਤੇ ਕਿੰਨਾ ਕੁ ਅਸੀਂ ਕਿਸੇ ਦੀ ਕੋਈ ਪਰਿਵਾਰ ਦੀ ਮਦਦ ਕਰ ਦਿੰਦੇ ਹਾਂ, ਉਹ ਕਿੰਨਾ ਟਾਈਮ ਚੱਲਦੀ ਆ, ਉਹ ਪੈਸਾ ਜਿਹੜਾ ਕਿੰਨਾ ਟਾਈਮ ਚੱਲਦਾ ਹੋਊਗਾ? ਜ਼ਿਆਦਾ ਤੋਂ ਜ਼ਿਆਦਾ 1 ਮਹੀਨਾ। ਉਸ ਤੋਂ ਬਾਅਦ ਫਿਰ ਉਹ ਪਰਿਵਾਰ ਬੱਚੇ ਜਿਹੜੇ ਆ ਫੁੱਟਪਾਥ 'ਤੇ ਆ ਜਾਂਦੇ ਆ। ਸੋ ਕਹਿਣ ਦਾ ਭਾਵ ਇਹ ਆ ਕਿ ਬਹੁਤ ਸਾਰੇ ਡਰਾਈਵਰ ਵੀਰ ਮੈਂ ਇੱਦਾਂ ਦੇ ਵੇਖੇ ਨੇ, ਜਿਨ੍ਹਾਂ ਦੀਆਂ ਅੱਜ ਘਰ ਵਾਲੀਆਂ, ਵਾਈਫ ਜਿਹੜੇ ਆ, ਬੱਚੇ ਜਿਹੜੇ ਆ, ਉਹ ਲੋਕਾਂ ਦੀਆਂ ਦੁਕਾਨਾਂ ਦੇ ਉੱਤੇ ਕੰਮ ਕਰਦੇ ਨੇ 1000-2000 ਰੁਪਏ ਪਿੱਛੇ। ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਣੇ ਪਰਿਵਾਰਾਂ ਦੇ ਲਈ ਮੇਰੇ ਭਰਾ ਜ਼ਰੂਰ ਸਾਰੇ ਸੋਚੋ, ਜਾਗੋ ਯਾਰ, ਇਕੱਠੇ ਹੋਵੋ, ਏਕਤਾ ਕਰੋ। ਇਹਨਾਂ ਲੀਡਰਾਂ ਨੂੰ ਵੀ ਜਿਹੜੇ ਤੁਹਾਡੇ ਗਰੁੱਪਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਲੀਡਰ ਨੇ, ਜਿਹੜੇ ਜਾਂ ਮੋਹਤਬਾਰ ਨੇ, ਲੀਡਰ ਹੀ ਅਖਵਾਉਂਦੇ ਨੇ। ਸੋ ਇਹਨਾਂ ਦੇ ਅੱਗੇ ਵੀ ਸਵਾਲ ਕਰੋ ਕਿ ਕਿਉਂ ਨਹੀਂ ਤੁਸੀਂ ਇਕੱਠੇ ਹੋ ਕੇ, ਇਕੱਠੇ ਕਰਕੇ ਸਾਨੂੰ ਮਤਲਬ ਕਿਸੇ ਨਾ ਕਿਸੇ ਬੰਨੇ 'ਤੇ ਲਾਓ, ਏਕਤਾ ਕਰੋ, ਤਾਂ ਕਿ ਦੇਖੋ ਹਰੇਕ ਬੰਦਾ ਆਪਣੇ ਆਪਣੇ ਪਲੇਟਫਾਰਮ ਦੇ ਅਨੁਸਾਰ ਕੰਮ ਕਰੋ। ਜਿਹਦੇ ਕੋਈ ਪਲੇਟਫਾਰਮ ਆ, ਉਹ ਜਾ ਕੇ ਲੈਟਰ ਪੈਡ ਦੇ ਮਾਧਿਅਮ ਰਾਹੀਂ ਆਪਣੇ ਮੰਤਰੀਆਂ ਤੱਕ, ਸਰਕਾਰਾਂ ਤੱਕ, ਸ਼ਾਸਨ ਪ੍ਰਸ਼ਾਸਨ ਤੱਕ ਵੀ ਆਪਣੇ ਲੈਟਰ ਪੈਡ ਦੇ ਸਕਦਾ, ਹਾਈਕੋਰਟ ਸੁਪਰੀਮ ਕੋਰਟ ਤੱਕ ਕੇਸ ਵੀ ਲੜ ਸਕਦੇ ਹਾਂ ਆਪਾਂ ਸਾਰੇ, ਜੇਕਰ ਸਾਰਾ ਡਰਾਈਵਰ ਸਮਾਜ ਚਾਹੇ ਤਾਂ। ਸੋ ਹਰੇਕ ਤਰ੍ਹਾਂ ਦੇ ਤਰੀਕੇ ਨੇ ਬਾਈ, ਕਿਸਾਨ ਅੰਦੋਲਨ ਨੇ, ਕਿਸਾਨਾਂ ਨੇ ਵੀ ਤਾਂ ਆਪਣਾ ਬਿੱਲ ਮਾਫ਼ ਕਰਵਾਏ ਨੇ, ਕੈਂਸਲ ਕਰਵਾਏ ਨੇ, ਤੁਸੀਂ ਕਿਉਂ ਨਹੀਂ ਕਰਵਾ ਸਕਦੇ? ਤੁਹਾਡੇ ਹੱਥ 'ਚ ਤਾਂ ਪੂਰਾ ਦੇਸ਼ ਹੈ, ਤੁਹਾਡੇ ਤੋਂ ਬਿਨਾਂ ਤਾਂ ਦੇਸ਼ ਚੱਲ ਹੀ ਨਹੀਂ ਸਕਦਾ। ਜੇਕਰ ਤੁਸੀਂ 2-4 ਦਿਨ